ਅੱਜ ਤੁਹਾਨੂੰ ਸਿਖਾਉਂਗਾ ਮੈਂ ਆਪਾਂ ਆਪਣੇ ਘਰ ਦੇ ਵਿੱਚ ਕੰਡੈਂਸਮਿਲ ਕਿਸ ਤਰ੍ਹਾਂ ਬਣਾ ਸਕਦੇ ਹਾਂ। ਆਹ ਤੁਸੀਂ ਦੇਖ ਸਕਦੇ ਹੋ, ਆਹ ਬਾਜ਼ਾਰ ਵਾਲਾ, ਠੀਕ ਹੈ ਜੀ। ਅਤੇ ਆ ਜੋ ਮੈਂ ਅੱਜ ਘਰਾਂ ਬਣਾਇਆ, ਤਕਰੀਬਨ ਆਪਾਂ ਜੇ ਇਸ ਨੂੰ ਘਰ ਦੇ ਵਿੱਚ ਬਣਾਉਂਦੇ ਤਾਂ ਆਪਾਂ ਨੂੰ ਬਹੁਤ ਲੋਅ ਕੋਸਟ ਵਿੱਚ ਬਣ ਜਾਂਦਾ ਇਹ, ਜੋ ਬਾਜ਼ਾਰ 'ਚੋਂ ਲਿਆਉਂਦਾ ਬਹੁਤ ਕੋਸਟਲੀ ਹੁੰਦਾ, ਠੀਕ ਆ। ਤੁਸੀਂ ਆਪਣੇ ਘਰ ਦੇ ਵਿੱਚ ਬਣਾ ਸਕਦੇ, ਆਪਾਂ ਜੇ ਇਹ ਆਪਾਂ ਘਰ ਦੇ ਵਿੱਚ ਬਣਾ ਲਉਂਗੇ, ਬਹੁਤ ਆਪਣੇ ਜੋ ਰੈਸਪੀ ਆ ਉਹਨਾਂ ਵਿੱਚ ਬਹੁਤ ਯੂਜ਼ ਹੋ ਜਾਂਦਾ ਇਹ। ਅਤੇ ਚਲੋ ਜੀ ਕਰਦੇ ਹਾਂ ਸ਼ੁਰੂ, ਫਿਰ ਆਪਾਂ ਆਪਣੇ ਘਰ ਦੇ ਵਿੱਚ ਇਹ ਕੰਡੈਂਸ ਮਿਲਕ ਕਿਸ ਤਰ੍ਹਾਂ ਬਣਾਵਾਂਗੇ। ਕੰਡੈਂਸ ਮਿਲਕ ਬਣਾਉਣ ਵਾਸਤੇ ਜੋ ਸਮਾਨ ਲਿੱਤਾ ਉਹ ਤੁਹਾਨੂੰ ਮੈਂ ਦੱਸਦਾ। ਮੈਂ 250 ਗ੍ਰਾਮ ਚੀਨੀ ਲਿੱਤੀ ਹੈ, 1/2 ਲੀਟਰ ਦੁੱਧ ਹੈ, ਅਤੇ ਇਸ ਦੇ ਵਿੱਚ ਇੱਕ ਚੁਟਕੀ ਖੰਡ ਆਪਾਂ ਥੋੜ੍ਹੀ ਜਿੱਦਾਂ ਚੁਟਕੀ ਕਹਿੰਦੇ ਹਾਂ, ਇੰਨਾ ਕੁ ਆਪਾਂ ਇਸ ਦੇ ਵਿੱਚ ਬੇਕਿੰਗ ਪਾਊਡਰ ਪਾਵਾਂਗੇ। ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਉਹ ਤੁਹਾਨੂੰ ਮੈਂ ਦੱਸਦਾ। ਮੈਂ ਇੱਕ ਪੈਨ ਲਿੱਤਾ, ਪੈਨ ਦੇ ਵਿੱਚ ਆਪਾਂ ਦੁੱਧ ਪਾ ਦੇਵਾਂਗੇ। ਦੁੱਧ ਦੇ ਨਾਲ ਹੀ ਆਪਾਂ ਚੀਨੀ ਪਾ ਦੇਵਾਂਗੇ। ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੋ ਦੁੱਧ ਹੈ ਇਹ ਫੁੱਲ ਫੈਟ ਦੁੱਧ ਹੈ, ਮੱਝ ਦਾ ਦੁੱਧ ਹੈ ਇਹ, ਅਤੇ ਆਪਾਂ ਇਸ ਨੂੰ ਹਿਲਾਉਂਦੇ ਰਹਿਣਾ। ਤਾਂ ਜੋ ਥੱਲੇ ਨਾ ਲੱਗੇ, ਠੀਕ ਹੈ, ਆਪਾਂ ਨੇ ਹਲਕਾ ਹਲਕਾ ਇਸ ਨੂੰ ਹਿਲਾਉਂਦੇ ਰਹਿਣਾ। ਔਰ ਤੁਸੀਂ ਦੇਖ ਸਕਦੇ ਹੋ ਇਸ ਨੂੰ ਉਬਾਲੀ ਆਉਣੀ ਸ਼ੁਰੂ ਹੋ ਚੁੱਕੀ ਹੈ। ਇਸ ਨੂੰ ਲਗਾਤਾਰ ਆਪਾਂ ਨੇ ਹਿਲਾਉਂਦੇ ਰਹਿਣਾ। ਜਦੋਂ ਇਸਦਾ ਤੀਆ ਹਿੱਸਾ ਰਹਿ ਜਾਵੇ, ਫਿਰ ਆਪਾਂ ਇਸ ਦੇ ਵਿੱਚ ਪਾਵਾਂਗੇ ਬੇਕਿੰਗ ਪਾਊਡਰ 1 ਚੁਟਕੀ ਖੰਡ। ਅੱਗ ਦਾ ਫਲੇਮ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ। ਮੈਨੂੰ ਤਕਰੀਬਨ ਹੁਣ 15 ਕੁ ਮਿੰਟ ਹੋ ਚੁੱਕੇ ਨੇ ਇਸ ਨੂੰ ਇਸ ਤਰ੍ਹਾਂ ਉਬਾਲੀ ਦਿਉਣ ਨੂੰ। ਮੈਂ ਅੱਗ ਦਾ ਫਲੇਮ ਕਦੇ ਮੀਡੀਅਮ ਕਰ ਦਿੰਦਾ ਸੀ, ਕਦੇ ਮੈਂ ਫੁੱਲ ਕਰ ਦਿੰਦਾ ਸੀ। ਮੈਨੂੰ ਹੁਣ ਪੂਰੇ 25 ਮਿੰਟ ਹੋ ਚੁੱਕੇ ਨੇ, ਠੀਕ ਹੈ ਜੀ, ਅਤੇ ਇਸਦਾ ਤੀਆ ਭਾਗ ਰਹਿ ਚੁੱਕਿਆ, ਅਤੇ ਹੁਣ ਮੈਂ ਇਸਦੀ ਗੈਸ ਕਰ ਦੂੰਗਾ ਬੰਦ। ਇਸ ਦੇ ਵਿੱਚ ਮੈਂ 1 ਚੁਟਕੀ ਖੰਡ ਬੇਕਿੰਗ ਪਾਊਡਰ ਦੀ ਪਾਊਂਗਾ। ਅਤੇ ਆਪਾਂ ਇਸ ਨੂੰ ਹਿਲਾਉਂਦੇ ਰਹਾਂਗੇ ਹੁਣ। ਤੁਸੀਂ ਲਗਾਤਾਰ ਇਸ ਨੂੰ ਹਿਲਾਉਂਦੇ ਰਹਿਣਾ ਬੇਕਿੰਗ ਪਾਊਡਰ ਪਾ ਕੇ। ਇਹ ਬਣ ਚੁੱਕਿਆ, ਤੇ ਹੁਣ ਮੈਂ ਇਸ ਨੂੰ ਕੌਲੀ 'ਚ ਕੱਢ ਲੂੰਗਾ। ਆਹ ਤੁਸੀਂ ਦੇਖ ਸਕਦੇ ਹੋ ਇਹ ਬਣ ਕੇ ਬਿਲਕੁਲ ਰੇਡੀ ਹੈ। ਅਤੇ ਹੁਣ ਮੈਂ ਤੁਹਾਨੂੰ ਬਾਜ਼ਾਰ ਵਾਲਾ ਦਿਖਾਉਣਾ ਚਾਹੁੰਦਾ। ਆਹ ਤੁਸੀਂ ਦੇਖ ਸਕਦੇ ਹੋ ਆਹ ਬਾਜ਼ਾਰ ਵਾਲਾ ਕੰਡੈਂਸ ਮਿਲਕ ਹੈ, ਅਤੇ ਇਹ ਮੈਂ ਤੁਹਾਨੂੰ ਹੁਣ ਇਹ ਬਾਜ਼ਾਰ ਵਾਲਾ, ਠੀਕ ਹੈ ਜੀ। ਅਤੇ ਆ ਜੋ ਆਪਾਂ ਨੇ ਘਰਾਂ ਬਣਾਇਆ। ਜਦੋਂ ਇਹ ਠੰਡਾ ਹੋ ਜੂਗਾ ਤਾਂ ਬਿਲਕੁਲ ਇਸ ਤਰ੍ਹਾਂ ਦੇ ਹੀ ਇਹ ਬਣ ਜੂਗਾ। ਆਹ ਤੁਸੀਂ ਦੇਖ ਸਕਦੇ ਹੋ ਅੱਜ ਮੈਂ ਕਿਸ ਤਰ੍ਹਾਂ ਬਣਾਇਆ ਕੰਡੈਂਸ ਮਿਲਕ। ਤੁਸੀਂ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਕੰਡੈਂਸ ਮਿਲਕ ਬਣਾਉਣ ਦੀ ਜ਼ਰੂਰ ਟਰਾਈ ਕਰੋ, ਅਤੇ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਜ਼ਰੂਰ ਦੱਸਿਓ, ਅਤੇ ਮੇਰੀ ਵੀਡੀਓ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ। ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਮੇਰਾ ਵੀਡੀਓ ਦੇਖਣ ਵਾਸਤੇ। ਮਿਲਦੇ ਹਾਂ ਅਸੀਂ ਅਗਲੀ ਵੀਡੀਓ ਦੇ ਵਿੱਚ।